ਹੋਰ ਵੀ ਸਫ਼ਰ ਕਰਦਾ ਬੰਦਾ ਜਿਹੜਾ ਨਹੀਂ ਪੇ ਕਰਨ ਲਈ ਕਾਬਲ ਹੋਊਗਾ ਉਹਦਾ ਵੀ ਮੈਂ ਲੜੂੰ। ਅਤੇ ਖਾਸ ਕਰਕੇ ਮੇਰਾ ਜਿਹੜਾ ਮੈਡੀਕਲ ਨੈਗਲੀਜੈਂਸ ਜਾਂ ਡਾਕਟਰ ਕੋਈ ਵੀ ਡਾਕਟਰ, ਕਿਉਂਕਿ ਅੱਜ ਕੱਲ੍ਹ ਮੈਂ ਖੁਦ ਹੀ ਸਫ਼ਰ ਕੀਤਾ ਪਿਛਲੇ 2-3 ਮਹੀਨੇ 'ਚ, ਮੇਰੀ ਬੇਟੀ ਠੀਕ ਨਹੀਂ ਸੀ, ਇਹ ਡਾਕਟਰ ਬਹੁਤ ਲੁੱਟਦੇ, ਮੁਰਦੇ ਬੰਦੇ ਦੇ ਪੈਸੇ ਲਈ ਜਾਂਦੇ, ਕਈ ਸਾਰੇ ਨਹੀਂ ਕਈ ਡਾਕਟਰ। ਇਹੋ ਜਿਹੀ ਕੋਈ ਜੇ ਕੋਈ ਚੀਜ਼ ਆਉਂਦੀ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਉਹਦਾ ਮੈਂ ਫ੍ਰੀ ਆਫ ਕੋਸਟ ਲੈਣੂੰਗਾ। ਉਹਨੇ ਸਪੈਸ਼ਲ ਰੋਕ ਕੇ ਕਿਹਾ ਭਾਈ ਸਾਹਿਬ ਲੀਗਲ ਨੋਟਿਸ ਭੇਜਿਓ ਜ਼ਰੂਰ। 9% ਪਰ ਐਨਮ ਟਰੱਸਟ ਪਾ ਕੇ ਅਤੇ 3,000 ਰੁਪਈਏ ਵਾਪਸ ਕਰਨ ਨੂੰ ਕਿਹਾ। ਟੋਟਲ ਰਕਮ ਜਿਹੜੀ ਉਹਨੂੰ 7600 ਨੂੰ ਦੇਣੀ ਪੈਣੀ ਹੈ 1600 ਦੀ ਬਜਾਏ। ਉਹਨੇ ਓਪਨਲੀ ਚੈਲੇਂਜ ਕਰ ਦਿੱਤਾ ਸੀਗਾ, ਮੈਂ ਨਾ ਤਾਂ ਇਹਨੂੰ ਵਾਪਸ ਕਰਨਾ ਨਾ ਇਹਨੂੰ ਰਿਪਲੇਸ ਕਰਨਾ, ਮੇਰੇ ਕੋਲ ਸਟੋਕ ਵੀ ਹੈ ਨਹੀਂ, ਮੈਂ ਇਹਦਾ ਪੱਕਾ ਬਿੱਲ ਵੀ ਨਹੀਂ ਦੇਣਾ, ਤੁਸੀਂ ਜੋ ਕਰਨਾ ਕਹਿੰਦਾ ਕਰ। ਫਿਰ ਹੁਣ ਡਿਸੀਜਨ ਆਇਆ ਜਿਹਦੇ ਵਿੱਚ ਉਹਨਾਂ ਨੇ 1600 ਰੁਪਈਆ ਵੀ ਰਿਫੰਡ ਕਰਨ ਨੂੰ ਕਿਹਾ ਵਿਦ ਇੰਟਰਸਟ, ਨਾਲ 3,000 ਰੁਪਈਆ ਜਿਹੜਾ ਵਾ ਉਹ ਵੀ 9% ਦੋਵੇਂ। ਤੁਸੀਂ ਦੁਕਾਨਾਂ ਤੋਂ ਕੱਪੜੇ ਤਾਂ ਲਏ ਹੋਣੇ, ਬਹੁਤ ਸਾਰਾ ਸਮਾਨ ਵੀ ਲਿਆ ਹੋਵੇਗਾ ਦੁਕਾਨਦਾਰ ਦੇ ਕੋਲੋਂ, ਲੇਕਿਨ ਜੇਕਰ ਦੁਕਾਨਦਾਰ ਤੁਹਾਡਾ ਸਮਾਨ ਨਹੀਂ ਮੋੜਦਾ, ਜੇਕਰ ਤੁਹਾਨੂੰ ਕੋਈ ਸੂਟ ਪਸੰਦ ਨਹੀਂ ਆਉਂਦਾ ਤੇ ਉਹ ਨਹੀਂ ਮੋੜਦਾ, ਨਾ ਨੁੱਕਰ ਕਰਦਾ, ਆਪਣੀ ਗੱਲ ਤੇ ਅੜ ਜਾਂਦਾ, ਨਾ ਹੀ ਤੁਹਾਨੂੰ ਆਫੀਸ਼ੀਅਲੀ ਤੌਰ ਤੇ ਬਿੱਲ ਫੜਾਉਂਦਾ ਤੁਹਾਡੇ ਹੱਥ ਦੇ ਵਿੱਚ, ਤਾਂ ਕਾਨੂੰਨ ਜਿਹੜਾ ਉੱਥੇ ਕੰਮ ਆਉਂਦਾ। ਕਈ ਲੋਕਾਂ ਨੂੰ ਕਾਨੂੰਨ ਦੇ ਬਾਰੇ ਨਹੀਂ ਪਤਾ ਕਿ ਕਿਵੇਂ ਉਸਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ, ਤਾਂ ਇਹ ਵਕੀਲ ਦੀਆਂ ਗੱਲਾਂ ਜ਼ਰਾ ਧਿਆਨ ਨਾਲ ਸੁਣਿਓ, ਕਿਉਂਕਿ ਕੱਲ੍ਹ ਨੂੰ ਤੁਸੀਂ ਪਿੱਛੇ ਨਹੀਂ ਹਟਣਾ ਜੇਕਰ ਕੋਈ ਦੁਕਾਨਦਾਰ ਤੁਹਾਡੇ ਨਾਲ ਵੀ ਨਾ ਨੁੱਕਰ ਕਰੇ, ਤੁਹਾਡੇ ਨਾਲ ਗਲਤ ਤਰੀਕੇ ਦੇ ਨਾਲ ਬਿਹੇਵ ਕਰੇ, ਤੇ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਇਸ ਦੇ ਖਿਲਾਫ ਕਾਰਵਾਈ ਕਰਵਾ ਸਕਦੇ ਹੋ। ਪੂਰੀ ਗੱਲ ਸੁਣਨਾ, ਹਲੇ ਇਹ ਥੋੜੀਆਂ ਜਿਹੀਆਂ ਗੱਲਾਂ ਨੇ ਤੁਹਾਨੂੰ ਜਿਹੜੀਆਂ ਸੁਣਾਈਆਂ ਨੇ ਵਕੀਲ ਦੀਆਂ, ਅੱਗੇ ਅੱਗੇ ਅੰਤ ਤੱਕ ਤੁਸੀਂ ਸੁਣੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੇਸ ਲੜਿਆ ਜਾਂਦਾ, ਕਿਸ ਤਰੀਕੇ ਦੇ ਨਾਲ ਬਿਨਾਂ ਕਿਸੇ ਝੰਝਟ ਦੇ ਵਿੱਚ ਫਸੇ ਤੁਸੀਂ ਦੁਕਾਨਦਾਰ ਨੂੰ ਜਾਂ ਉਸ ਸ਼ਖਸ ਨੂੰ ਸਬਕ ਸਿਖਾ ਸਕਦੇ ਹੋ ਜਿਹੜਾ ਤੁਹਾਡੇ ਨਾਲ ਗਲਤ ਵਿਵਹਾਰ ਕਰਦਾ, ਤੇ ਜੇਕਰ ਤੁਹਾਡੀ ਸਹੀ ਤਰੀਕੇ ਦੇ ਨਾਲ ਤੁਹਾਡਾ ਸਮਾਨ ਨਹੀਂ ਮੋੜਦਾ, ਜੋ ਕਿ ਜਾਇਜ਼ ਇੱਕ ਗੱਲ ਹੈਗੀ ਹੈ ਕਿ ਜੇਕਰ ਤੁਹਾਡਾ ਸਮਾਨ ਵਾਪਸ ਹੋ ਸਕਦਾ ਤਾਂ ਉਹ ਕਿਉਂ ਨਹੀਂ ਕਰ ਰਿਹਾ, ਤੇ ਵਕੀਲ ਜਿਹੜੀਆਂ ਸਾਰੀਆਂ ਗੱਲਾਂ ਦੱਸ ਰਿਹਾ ਇਹ ਜਰਾ ਧਿਆਨ ਨਾਲ ਸੁਣਾ, ਤੇ ਅੱਗੇ ਤੱਕ ਇਸ ਵੀਡੀਓ ਨੂੰ ਪਹੁੰਚਾਓ, ਕਿਉਂਕਿ ਕਾਨੂੰਨ ਜਿਹੜਾ ਉਹ ਪਤਾ ਲੱਗਣਾ ਚਾਹੀਦਾ ਕਿ ਕੁਝ ਆਪਣੇ ਦੇਸ਼ ਦੇ ਵਿੱਚ ਸਹੀ ਤਰੀਕੇ ਦੇ ਨਾਲ ਕਾਨੂੰਨ ਨੂੰ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਹੁੰਦਾ। ਮੇਰੀ ਤਾਂ ਐਗਜੀਕਿਊਸ਼ਨ ਪਟੀਸ਼ਨ ਤਿਆਰ ਹੈ ਜੀ, ਮੈਂ ਐਗਜੀਕਿਊਸ਼ਨ ਪਟੀਸ਼ਨ ਪਾਉਣ ਵਾਲਾ ਹਾਂ। ਐਗਜੀਕਿਊਸ਼ਨ ਪਟੀਸ਼ਨ 'ਚ ਫਿਰ ਕੋਰਟ ਜਿਹੜੀ ਆ ਉਹਦੀ ਸ਼ੋਪ ਅਟੈਚ ਕਰੂਗੀ, ਜਿੰਨਾ ਚਿਰ ਮੇਰਾ ਪੈਸਾ 7600 ਰੁਪਈਆ ਤਾਂ ਬਹੁਤ ਮਾਈਨਰ ਰਕਮ ਆ, ਅਤੇ ਉਹ ਨਾ ਸਮਝੀ ਹੋਊਗਾ ਜੇ ਇਹਦੇ ਬਦਲੇ ਉਹ ਆਪਣੀ ਸ਼ੋਪ ਜਿਹੜੀ ਅਟੈਚ ਕਰਾ ਲੂਗਾ। ਕਿਤੇ ਗ੍ਰਾਹਕ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਘਰ ਬੈਠ ਜਾਂਦੇ ਨੇ ਮੁੜ ਕੇ ਜਦੋਂ ਕੋਈ ਦੁਕਾਨਦਾਰ ਇਸ ਤਰੀਕੇ ਨਾਲ ਬਿਹੇਵੀਅਰ ਕਰਦਾ ਉਹਨਾਂ ਦੇ ਨਾਲ। ਦੇਖੋ ਬਹੁਤ ਜਗ੍ਹਾ ਲੋਕ ਸਮਝੌਤਾ ਕਰਦੇ ਆ, ਕਿਉਂਕਿ ਇੱਕ ਇਹ ਸੋਚਦੇ ਕਿ 1600 ਰੁਪਏ ਦਾ ਜਿੱਥੇ ਪੰਗਾ ਪੈ ਗਿਆ ਉਹ ਮੈਂ ਵਕੀਲ ਨੂੰ ਫੀਸ ਦਊਂਗਾ, ਪਰ ਮੇਰੇ ਖਿਆਲ ਨਾਲ ਜਦੋਂ ਕੋਈ ਤੁਹਾਨੂੰ ਇੰਨਾ ਚੈਲੇਂਜ ਕਰਦੇ ਤਾਂ ਸਬਕ ਸਿਖਾਉਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ। ਇੱਕ ਨੰਬਰ ਸਾਨੂੰ ਵੱਡਾ ਚਾਹੀਦਾ ਹੈ। ਇਹਨੇ ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਿਹਾ ਸੀਗਾ ਕਿ ਮੇਰੇ ਕੋਲ ਸਟੋਕ ਨਹੀਂ ਹੈਗਾ, ਸਟੋਕ ਤਾਂ ਹੋਊਗਾ ਹੀ, ਪਰ ਇਹਦੀ ਮਨਸ਼ਾ ਹੀ ਨਹੀਂ ਹੈਗੀ, ਇਹਦੇ ਬਿਹੇਵੀਅਰ ਤੋਂ ਪਤਾ ਲੱਗਦਾ ਕਿ ਇਹਦੀ ਮਨਸ਼ਾ ਹੀ ਨਹੀਂ ਹੈਗੀ ਕਿ ਮੈਂ ਚੇਂਜ ਨਹੀਂ ਕਰਨਾ। ਅਤੇ ਵੈਸੇ ਇਹੋ ਜਿਹੇ ਮਾਮਲੇ ਜਦੋਂ ਕੋਈ ਬਿੱਲ ਇਸ਼ੂ ਨਾ ਕਰੇ, ਮੇਰੀ ਐਡਵਾਈਸ ਆ ਕਿ ਤੁਸੀਂ ਸਵੈਪ ਕਾਰਡ ਕੱਢੋ, ਉਹਦੇ ਸਵੈਪ ਕਰ, ਫਿਰ ਇਹ ਸਾਡੀ ਜਿਹੜੀ ਮਨੀ ਦੀ ਟ੍ਰਾਂਜੈਕਸ਼ਨ ਉਹ ਤਾਂ ਸ਼ੋਅ ਹੋ ਜੂਗੀ ਨਾ ਕਿ ਅਸੀਂ ਪੈਸੇ ਦਿੱਤੇ, ਫਿਰ ਉਹ ਜਵਾਬ ਦਊਗੇ ਕਿ ਇੰਨਾ ਖਰੀਦਿਆ। ਅਪੀਲ ਤਾਂ ਮੈਂ ਉਹ ਕਹਿੰਦਾ ਜੀ ਜਦੋਂ ਵੀ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਵਾ ਆਪਣੇ ਲੀਗਲ ਰਾਈਟਸ ਜਿਹੜੇ ਉਹ ਅਵੇਲ ਕਰਨੇ ਚਾਹੀਦੇ ਆ, ਬਰਦਾਸ਼ਤ ਨਹੀਂ ਕਰਨਾ ਚਾਹੀਦਾ ਕਿ ਆਪਾਂ ਕੋਈ ਜ਼ੁਲਮ ਸਹਿਣਾ ਵੀ ਪਾਪ ਹੈ ਅਤੇ ਕਰਨਾ ਵੀ ਪਾਪ ਹੈ। ਤੁਹਾਡੇ ਲਈ ਬੇਹੱਦ ਖਾਸ ਖਬਰ ਹੈ ਅਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਰਹਿ ਜਾਇਓ ਤਾਂ ਜੋ ਲੋਕਾਂ 'ਚ ਅਵੇਅਰਨੈਸ ਆ ਸਕੇ। ਖਬਰ ਕੀ ਹੈ
ਕਿ ਬਟਾਲੇ ਦੇ ਐਡਵੋਕੇਟ ਵੱਲੋਂ ਇੱਕ ਦੁਕਾਨ ਤੋਂ ਨਾਈਟ ਸੂਟ ਖਰੀਦਿਆ ਜਾਂਦਾ ਵਾ, ਪਰ ਜਦੋਂ ਨਾਈਟ ਸੂਟ ਘਰ ਆਣ ਕੇ ਦੇਖਦੇ ਨੇ ਤਾਂ ਡਿਫੈਕਟਡ ਪੀਸ ਹੁੰਦਾ ਵਾ, ਦੁਕਾਨਦਾਰ ਨੂੰ ਵਾਪਸ ਕਰਨ ਲਈ ਕਿਹਾ ਜਾਂਦਾ ਪਰ ਦੁਕਾਨਦਾਰ ਵਾਪਸ ਨਹੀਂ ਕਰਦਾ, ਆਪਣੀ ਧੌਂਸ ਜਮਾਉਂਦੇ ਨੇ। ਧੌਂਸ ਕੀ ਜਮਾਉਂਦੇ ਨੇ ਕਿ ਤੁਸੀਂ ਜੋ ਕਰ ਸਕਦੇ ਹੋ ਕਰ ਲਿਓ। ਫਿਰ ਵਕੀਲ ਸਾਹਿਬ ਨੇ ਵੀ ਆਪਣਾ ਕੋਰਟ ਆਫ ਦਿਖਾਇਆ ਕਾਲਾ, ਆਪਣੀ ਵਕੀਲੀ ਦਿਖਾਈ, ਤਾਂ ਉਸ ਦੁਕਾਨਦਾਰ ਦੇ ਉੱਤੇ ਕੰਜ਼ਿਊਮਰ ਕੇਟ ਦੇ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ, ਤਾਂ ਫੈਸਲਾ ਕੀ ਆਉਂਦਾ ਵਾ? ਗੱਲਬਾਤ ਕਰ ਲਾਂਗੇ ਐਡਵੋਕੇਟ ਸਤਵਿੰਦਰ ਜੀ ਸਾਡੇ ਨਾਲ। ਸਤਵਿੰਦਰ ਜੀ, ਵਕੀਲੀ ਫਿਰ ਦਿਖਾ ਦਿੱਤੀ, ਕਾਲਾ ਕੋਟ ਪਾਇਆ ਸੀ ਉਹ ਦਿਖਾ ਦਿੱਤਾ ਕਿ ਕਾਲਾ ਕੋਟ ਐਵੇਂ ਨਹੀਂ ਪਾਇਆ? ਨਹੀਂ ਜੀ, ਵੇਖੋ ਆਪਾਂ ਦੇ ਜਿਹੜੇ ਆਪਣੇ ਲੀਗਲ ਰਾਈਟਸ ਨੇ ਉਹ ਅਵੇਲ ਕੀਤੇ ਆ, ਅਤੇ ਉਹ ਸ਼ਖਸ ਨੇ ਜਦੋਂ ਮੈਂ ਨਾਈਟ ਸੂਟ ਵਾਪਸ ਕਰਨ ਵਾਸਤੇ ਗਿਆ ਇਹ, ਉਹਨੇ ਓਪਨਲੀ ਚੈਲੇਂਜ ਕਰ ਦਿੱਤਾ ਸੀਗਾ ਕਿ ਮੈਂ ਨਾ ਤਾਂ ਇਹਨੂੰ ਵਾਪਸ ਕਰਨਾ ਨਾ ਇਹਨੂੰ ਰਿਪਲੇਸ ਕਰਨਾ, ਮੇਰੇ ਕੋਲ ਸਟੋਕ ਵੀ ਹੈ ਨਹੀਂ, ਮੈਂ ਇਹਦਾ ਪੱਕਾ ਬਿੱਲ ਵੀ ਨਹੀਂ ਦੇਣਾ, ਤੁਸੀਂ ਜੋ ਕਰਨਾ ਕਹਿੰਦਾ ਕਰ ਲਓ। ਮੈਂ ਉਹਨੂੰ ਆਖਿਆ ਕਿ ਫਿਰ ਤੇ ਉੱਤੇ ਲੀਗਲ ਨੋਟਿਸ ਮੈਂ ਭੇਜੂੰਗਾ ਤੈਨੂੰ। ਉਹਨੇ ਸਪੈਸ਼ਲ ਰੋਕ ਕੇ ਕਿਹਾ ਭਾਈ ਸਾਹਿਬ ਲੀਗਲ ਨੋਟਿਸ ਭੇਜੋ ਜ਼ਰੂਰ। ਅਤੇ ਬਿਲਕੁਲ ਜੀ, ਉਹ ਬਹੁਤ ਮਤਲਬ ਉਹਦਾ ਬਿਹੇਵੀਅਰ ਇੱਦਾਂ ਦਾ ਸੀ। ਅਤੇ ਫਿਰ ਲੀਗਲ ਨੋਟਿਸ ਭੇਜਿਆ ਜੀ, 18 'ਚ ਕੇਸ ਲਾਇਆ, ਕਰੋਨਾ ਦੇ ਕਰਕੇ ਲੇਟ ਹੋ ਗਿਆ। ਫਿਰ ਸਾਡੇ ਜ਼ਿਲ੍ਹੇ ਦੇ ਪ੍ਰਿਜ਼ਾਈਡਿੰਗ ਅਫਸਰ ਨਹੀਂ ਹੈਗੇ, ਉਹ ਵੀ ਮੈਂ CM ਸਾਹਿਬ ਨੂੰ ਚਿੱਠੀਆਂ ਪਾਈਆਂ ਕਿ ਇੱਥੇ ਕੋਈ ਪ੍ਰਿਜ਼ਾਈਡਿੰਗ ਸਾਨੂੰ ਹੁਸ਼ਿਆਰਪੁਰ ਨਾਲ ਅਟੈਚ ਕਰ ਦਿੱਤਾ ਹੈ, ਕੇਸ ਹੁਸ਼ਿਆਰਪੁਰ ਟ੍ਰਾਂਸਫਰ ਹੋ ਗਏ। ਫਿਰ ਉੱਥੋਂ ਵਾਪਸ ਆ ਕੇ ਅਤੇ ਫਿਰ ਹੁਣ ਡਿਸੀਜਨ ਆਇਆ ਜਿਹਦੇ ਵਿੱਚ ਉਹਨਾਂ ਨੇ 1600 ਰੁਪਈਆ ਵੀ ਰਿਫੰਡ ਕਰਨ ਨੂੰ ਕਿਹਾ ਵਿਦ ਇੰਟਰਸਟ, ਅਤੇ ਨਾਲ 3000 ਰੁਪਈਆ ਜਿਹੜਾ ਵਾ ਉਹ ਵੀ 9% ਦੋਵੇਂ 'ਤੇ 9% ਪਰ NM ਇੰਟਰਸਟ ਪਾ ਕੇ ਅਤੇ 3000 ਰੁਪਈਏ ਵਾਪਸ ਕਰਨ ਨੂੰ ਕਿਹਾ। ਟੋਟਲ ਰਕਮ ਜਿਹੜੀ ਹੁਣ 7600 ਨੂੰ ਦੇਣੀ ਪੈਣੀ ਹੈ 1600 ਦੀ ਬਜਾਏ, ਜੇਕਰ ਨਹੀਂ ਦਿੰਦਾ ਹੁਣ ਨਹੀਂ ਦਿੰਦਾ ਤਾਂ। ਮੇਰੀ ਤਾਂ ਐਗਜੀਕਿਊਸ਼ਨ ਪਟੀਸ਼ਨ ਤਿਆਰ ਹੈ ਜੀ, ਮੈਂ ਐਗਜੀਕਿਊਸ਼ਨ ਪਟੀਸ਼ਨ ਪਾਉਣ ਵਾਲਾ ਹਾਂ। ਐਗਜੀਕਿਊਸ਼ਨ ਪਟੀਸ਼ਨ 'ਚ ਫਿਰ ਕੋਰਟ ਜਿਹੜੀ ਆ ਉਹਦੀ ਸ਼ੋਪ ਅਟੈਚ ਕਰੂਗੀ, ਜਿੰਨਾ ਚਿਰ ਮੇਰਾ ਪੈਸਾ 7600 ਰੁਪਈਆ ਤਾਂ ਬਹੁਤ ਮਾਈਨਰ ਰਕਮ ਆ, ਅਤੇ ਉਹ ਨਾ ਸਮਝ ਹੀ ਹੋਊਗਾ ਜੇ ਇਹਦੇ ਬਦਲੇ ਉਹ ਆਪਣੀ ਸ਼ੋਪ ਜਿਹੜੀ ਅਟੈਚ ਕਰਾ ਲੂਗਾ। ਅਤੇ ਜੇ ਸ਼ੋਪ ਵੀ ਕਿਸੇ ਦੀ ਨਾ ਹੋਵੇ ਤਾਂ ਫਿਰ ਉਹਨੂੰ ਸਿਵਲ ਇੰਪ੍ਰਿਜ਼ਨਮੈਂਟ ਦੀ ਪ੍ਰੋਵੀਜ਼ਨ ਹੈਗੀ 3 ਮਹੀਨੇ ਦੀ। ਬਿਲਕੁਲ ਵਕੀਲ ਜੀ, ਜਿਸ ਤਰੀਕੇ ਨਾਲ 1600 ਰੁਪਈਆ ਇੱਕ ਬਹੁਤ ਛੋਟੀ ਜਿਹੀ ਰਕਮ ਆ, ਹੈ ਨਾ, 1600 ਰੁਪਏ ਲਈ ਅਸੀਂ ਲੀਗਲ ਨੋਟਿਸ ਭੇਜਿਆ ਜਾਂ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਇਆ, ਹੈ ਨਾ। ਬਹੁਤ ਸਾਰੇ ਇਸ ਤਰੀਕੇ ਦੇ ਗ੍ਰਾਹਕ ਨੇ, ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਘਰ ਬੈਠ ਜਾਂਦੇ ਨੇ ਮੁੜ ਕੇ ਜਦੋਂ ਕੋਈ ਦੁਕਾਨਦਾਰ ਇਸ ਤਰੀਕੇ ਨਾਲ ਬਿਹੇਵੀਅਰ ਕਰਦਾ ਉਹਨਾਂ ਦੇ ਨਾਲ। ਵੇਖੋ, ਬਹੁਤ ਜਗ੍ਹਾ ਲੋਕ ਸਮਝੌਤਾ ਕਰਦੇ ਆ, ਕਿਉਂਕਿ ਇੱਕ ਇਹ ਸੋਚਦੇ ਕਿ 1600 ਰੁਪਏ ਦਾ ਜਿੱਥੇ ਪੰਗਾ ਪੈ ਗਿਆ ਉਹ ਮੈਂ ਵਕੀਲ ਨੂੰ ਫੀਸ ਦਊਂਗਾ। ਪਰ ਮੇਰੇ ਖਿਆਲ ਨਾਲ ਜਦੋਂ ਕੋਈ ਤੁਹਾਨੂੰ ਇੰਨਾ ਚੈਲੰਜ ਕਰਦੇ ਤਾਂ ਸਬਕ ਸਿਖਾਉਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ। ਤੁਸੀਂ ਯਾਨੀ ਕਿ ਸਬਕ ਸਿਖਾਇਆ ਫਿਰ ਉਹਨਾਂ ਨੂੰ? ਬਿਲਕੁਲ ਜੀ, ਇੱਕ ਸਬਕ ਹੀ ਹੁੰਦਾ ਜਿਹੜੇ ਬੰਦੇ ਨੂੰ, ਇੱਕ ਪਬਲਿਕ ਜਿਹੜਾ ਵਾ ਉਹਨੂੰ ਆਪਣੀ ਡੀਲਿੰਗ ਹੀ ਜਿਹੜੀ ਪਬਲਿਕ ਨਾਲ, ਇੱਕ ਦੁਕਾਨਦਾਰ ਹੋਣ ਦੇ ਬਾਵਜੂਦ ਇੰਨੀ ਉਹਦੀ ਮਾੜੀ ਡੀਲਿੰਗ ਸੀਗੀ, ਅਤੇ ਫਿਰ ਮੈਨੂੰ ਲੱਗਾ ਕਿ ਇਹਨੂੰ ਥੋੜ੍ਹਾ ਲੈਸਨ ਟੀਚ ਕਰਨਾ ਚਾਹੀਦਾ। ਜਿਸ ਤਰੀਕੇ ਨਾਲ ਤੁਸੀਂ ਜਾ ਕੇ ਦੁਕਾਨ ਤੋਂ ਨਾਈਟ ਸੂਟ ਖਰੀਦਿਆ ਦੇਖਿਆ, ਪਰ ਫਿਰ ਸਮੱਸਿਆ ਕਿੱਥੇ ਆ ਕੇ ਆਈ ਕਿ ਤੁਸੀਂ ਵਾਪਸ ਕਰਨ ਆ ਗਏ? ਡਿਫੈਕਟਡ ਤੁਸੀਂ ਕਹਿ ਰਹੇ ਹੋ ਇੱਕ ਪਾਸੇ, ਡਿਫੈਕਟਡ ਸੀ, ਕੀ ਡਿਫੈਕਟਡ ਸੀ? ਉਹਦੇ ਨਾਲ ਉਹਦੇ ਵਿੱਚ ਥੋੜ੍ਹਾ ਜਿਹਾ ਤੁੰਬ ਲੱਗੀ ਸੀਗੀ, ਅਤੇ ਇੱਕ ਉਹ ਸਾਈਜ਼ ਇੱਕ ਨੰਬਰ ਸਾਨੂੰ ਵੱਡਾ ਚਾਹੀਦਾ ਹੈ। ਅਤੇ ਇਹਨੇ ਮੇਰੇ ਖਿਆਲ ਨਾਲ ਜਾਣ ਬੁੱਝ ਕੇ ਕਿਹਾ ਸੀਗਾ ਕਿ ਮੇਰੇ ਕੋਲ ਸਟੋਕ ਨਹੀਂ ਹੈਗਾ, ਸਟੋਕ ਤਾਂ ਹੋਊਗਾ ਹੀ, ਪਰ ਇਹਦੀ ਮਨਸ਼ਾ ਹੀ ਨਹੀਂ ਸੀਗੀ, ਇਹਦੇ ਬਿਹੇਵੀਅਰ ਤੋਂ ਪਤਾ ਲੱਗਦਾ ਕਿ ਇਹਦੀ ਮਨਸ਼ਾ ਹੀ ਨਹੀਂ ਸੀਗੀ ਕਿ ਮੈਂ ਚੇਂਜ ਨਹੀਂ ਕਰਨਾ। ਹੋਰ ਵੀ ਕਾਫੀ ਸ਼ਿਕਾਇਤਾਂ ਮਿਲੀਆਂ ਮੈਨੂੰ ਕਿ ਕਾਫੀ ਚੀਜ਼ ਲੋਕਾਂ ਨੇ ਇਹਨੇ ਮਿਸਬਿਹੇਵ ਕੀਤਾ, ਤਾਂ ਮੈਂ ਤਾਂ ਕਹਿੰਦਾ ਕਿ ਆਉਣ ਵਾਲੇ ਟਾਈਮ 'ਚ ਜੋ ਕਿ ਇਹਨਾਂ ਕਰਦਾ ਤਾਂ ਮੈਂ ਫ੍ਰੀ ਕੇਸ ਲੜ ਦੂੰਗਾ। ਤਾਂ ਫ੍ਰੀ ਦਾ ਕਰ ਦਿੱਤਾ ਇਹ ਸਿਰਫ ਇਸੇ ਦੁਕਾਨ ਵਾਲੇ? ਬਿਲਕੁਲ ਨਹੀਂ, ਕੋਈ ਹੋਰ ਵੀ ਸਫ਼ਰ ਕਰਦਾ ਬੰਦਾ ਜਿਹੜਾ ਨਹੀਂ ਪੇ ਕਰਨ ਲਈ ਕਾਬਲ ਹੋਊਗਾ ਉਹਦਾ ਵੀ ਮੈਂ ਲੜੂੰਗਾ। ਅਤੇ ਖਾਸ ਕਰਕੇ ਮੇਰਾ ਜਿਹੜਾ ਮੈਡੀਕਲ ਨੈਗਲੀਜੈਂਸ ਆ ਡਾਕਟਰ,
ਕੋਈ ਵੀ ਡਾਕਟਰ, ਕਿਉਂਕਿ ਅੱਜ ਕੱਲ੍ਹ ਮੈਂ ਖੁਦ ਇਹ ਸਫ਼ਰ ਕੀਤਾ ਪਿਛਲੇ 2-3 ਮਹੀਨੇ 'ਚ, ਮੇਰੀ ਬੇਟੀ ਠੀਕ ਨਹੀਂ ਸੀ, ਇਹ ਡਾਕਟਰ ਬਹੁਤ ਲੁੱਟਦੇ ਆ, ਮੁਰਦੇ ਬੰਦੇ ਦੇ ਪੈਸੇ ਲਈ ਜਾਂਦੇ, ਕਈ ਸਾਰੇ ਨਹੀਂ ਕਈ ਡਾਕਟਰ। ਇਹੋ ਜਿਹੀ ਕੋਈ ਜੇ ਕੋਈ ਚੀਜ਼ ਆਉਂਦੀ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਉਹਦਾ ਮੈਂ ਫ੍ਰੀ ਆਫ ਕੋਸਟ ਲੜੂੰਗਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸੋਸਾਇਟੀ ਦੇ ਵਿੱਚ ਸਾਨੂੰ ਇਹ ਲਾਂਭੇ ਕਰਾਉਣੀਆਂ ਪੈਣੀਆਂ, ਨਹੀਂ ਤਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੜਾ ਸਫ਼ਰ ਕਰਨਾ ਪੈਣਾ। ਹਰ ਜਗ੍ਹਾ ਠੱਗੀ, ਅੱਜ ਤੁਸੀਂ ਘਰੋਂ ਨਿਕਲ ਜਾਓ ਠੱਗੀ ਸ਼ੁਰੂ। ਅੱਛਾ, ਨਹੀਂ ਜੋ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਕੋਲ ਨਾਈਟ ਸੂਟ ਲਿਆ, ਉਹਦਾ ਤੁਹਾਨੂੰ ਬਿੱਲ ਵਗੈਰਾ ਜਾਂ ਕੁਛ ਮਿਲਿਆ ਸੀ ਉਹਦੇ ਕੋਲ, ਦੁਕਾਨਦਾਰ ਕੋਲ ਕੋਈ ਨਹੀਂ ਮਿਲਿਆ? ਨਹੀਂ, ਇਹਨੇ ਇੱਕ ਕੱਚਾ ਬਿੱਲ ਦਿੱਤਾ ਸੀਗਾ, ਉਹਦੇ ਤੋਂ ਇਹ ਫਸਦਾ ਸੀ ਜ਼ਿਆਦਾ, ਕਿਉਂਕਿ ਕੱਚੇ ਬਿੱਲ 'ਤੇ ਹੈਂਡ ਰਾਈਟਿੰਗ ਇਹਦੀ ਆਪਣੀ। ਅਤੇ ਵੈਸੇ ਇਹੋ ਜਿਹੇ ਮਾਮਲੇ ਜਦੋਂ ਕੋਈ ਬਿੱਲ ਇਸ਼ੂ ਨਾ ਕਰੇ, ਮੇਰੀ ਐਡਵਾਈਸ ਇਹ ਆ ਕਿ ਤੁਸੀਂ ਸਵੈਪ ਕਾਰਡ ਕੱਢੋ, ਉਹਦੇ ਸਵੈਪ ਕਰ ਦਿਉ, ਫਿਰ ਇਹ ਸਾਡੀ ਜਿਹੜੀ ਮਨੀ ਦੀ ਟ੍ਰਾਂਜੈਕਸ਼ਨ ਉਹਦੇ ਸ਼ੋਅ ਹੋਜੂਗੀ ਨਾ, ਕਿ ਅਸੀਂ ਪੈਸੇ ਦਿੱਤੇ, ਫਿਰ ਉਹ ਜਵਾਬ ਦਊਗੇ ਕਿ ਇੰਨਾ ਖਰੀਦਿਆ। ਹੁਣ ਜੇ ਮੰਨ ਲਓ ਬਿੱਲ ਤੋਂ ਜੇ ਹੈਂਡਰਾਈਟਿੰਗ ਹੋਰ ਕੇ ਇਹਦੀ ਇੰਪਲੋਈ ਦੀ ਹੁੰਦੀ, ਕੋਈ ਵਰਕਰ ਦੀ ਹੁੰਦੀ, ਉਹ ਕੰਮ ਛੱਡ ਜਾਂਦਾ ਅਤੇ ਮੁੱਕਰ ਜਾਂਦਾ, ਮੇਰੀ ਲਿਖਾਈ ਨਹੀਂ, ਤਾਂ ਆਪਾਂ ਕਿੱਥੋਂ ਸਾਬਤ ਕਰਨਾ ਹੈ ਕਿ ਇਹਦੇ ਦੁਕਾਨ ਦਾ ਬਿੱਲ ਆ? ਡਿਪਾਰਟਮੈਂਟ ਵੀ ਕਾਫੀ ਜਿਹੜੇ ਆ ਢਿੱਲ ਗੁਜ਼ਾਰਦੇ ਆ, ਜਿਹੜੇ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਸਮੇਂ ਸਮੇਂ 'ਤੇ, ਆਪ ਹੀ ਸਟਿੰਗ ਕਰਕੇ ਕੋਈ ਚੀਜ਼ ਖਰੀਦ ਕੇ ਵੇਖਣਗੇ ਕਿ ਕੋਈ ਦੁਕਾਨਦਾਰ ਬਿੱਲ ਦਿੰਦਾ ਜਾਂ ਨਹੀਂ ਦਿੰਦਾ। ਇਹ ਬੜੀ ਚੋਰੀ ਹੋਣ ਡੀ ਹੈ GST ਦੀ ਵੀ, GST ਬਚਾਉਂਦੇ ਨੇ ਅਤੇ ਗਾਹਕ ਕੋਲ ਲੈ ਲੈਂਦੇ ਆ। ਦੇਖੋ, ਬਹੁਤ ਸਾਰੇ ਲੋਕ ਤੁਹਾਨੂੰ ਦੇਖਦੇ ਵੀ ਪਏ ਆ, ਸੁਣਦੇ ਵੀ ਪਏ, ਕੀ ਅਪੀਲ ਕੀ ਕਰਦੇ ਹੋ ਲੋਕਾਂ ਨੂੰ? ਅਪੀਲ ਤਾਂ ਮੈਂ ਉਹ ਕਹਿੰਦਾ ਜੀ, ਜਦੋਂ ਵੀ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਵਾ, ਆਪਣੇ ਲੀਗਲ ਰਾਈਟਸ ਜਿਹੜੇ ਉਹ ਅਵੇਲ ਕਰਨੇ ਚਾਹੀਦੇ ਆ, ਬਰਦਾਸ਼ਤ ਨਹੀਂ ਕਰਨਾ ਚਾਹੀਦਾ ਕਿ ਆਪਾਂ ਕੋਈ ਜ਼ੁਲਮ ਸਹਿਣਾ ਵੀ ਪਾ ਪਿਆ ਅਤੇ ਕਰਨਾ ਵੀ ਪਾ ਪਿਆ। ਜੀ ਬਿਲਕੁਲ, ਬਟਾਲੇ ਦੇ ਐਡਵੋਕੇਟ ਸੀ ਸਾਡੇ ਨਾਲ ਸਤਵਿੰਦਰ ਸਿੰਘ ਜੀ, ਜਿਨ੍ਹਾਂ ਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ, 1600 ਰੁਪਈਆ ਦਾ ਨਾਈਟ ਸੂਟ ਲਿਆ ਦੁਕਾਨਦਾਰ ਕੋਲ ਬਟਾਲਿਓਂ, ਪਰ ਉਹ ਡਿਫੈਕਟ ਸੀ, ਉਸਨੇ ਵਾਪਸ ਨਹੀਂ ਕੀਤਾ, ਧੌਂਸ ਜਮਾਈ, ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਕੰਜ਼ਿਊਮਰ ਕੋਰਟ ਵੱਲੋਂ ਲਿਖਿਆ ਗਿਆ ਕਿ 7600 ਰੁਪਈਆ ਉਸ ਦੁਕਾਨਦਾਰ ਨੂੰ ਪੇ ਕਰਨਾ ਪਏਗਾ ਵਿਦ ਵਿਆਜ। ਸੋ ਨਾਲ ਦੀ ਨਾਲ ਉਹਨਾਂ ਨੇ ਅਵੇਅਰ ਜ਼ਰੂਰ ਲੋਕਾਂ ਨੂੰ ਕੀਤਾ ਵਾ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਦੀ ਲੋੜ ਆ। ਕੈਮਰਾਮੈਨ ਬੋਬੀ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ, ਬਟਾਲਾ।